दिल तो मजबूर चोर औरत नाल करन लगा सी कारा, पर औरत ने थानेदार नु आखी अजिही गल कि कारवाई करन दी बजाए सुक्का छड्या ए चोर। ए तस्वीरां बटाल दे बाईपास आली वाल रोड तो सामने आ रही ने, जिसनु देख के तुसी भी सोच रहे होवोगे कि आखिरकार इस उच्चे लंबे मुंडे नु पुलिस क्यों ले जा रही है, आते औरत वालों उसके मुंह ते थप्पड़ क्यों मारे जा रहे ने। दस दिए कि इस नौजवान मुंडे ने राज जान दी औरत ते नाल अजिहा कारा किया, जिस तो बाद मौके ते मौजूद लोगों ने इसनु पुलिस ते हवाले कर दिता। फिर जो इसकी तलाशी ले गई तो इसकी जेब दे विचो जो कुछ चीज बरामद हुई, जिसनु देख के पीड़ित औरत ने इस मुंडे ते कोई भी कार्रवाई करवाने तो साफ साफ मना कर दिता। आते पुलिस ने भी तरस खा के उक्त नौजवान नु छड़ दिता। एक बार पहला तुसी भी देखो मौके दी तस्वीरां। नौजवान महिला दियां वालियां चपटके फरार होण लगा सी, पर अगे रेलवे फाटक बंद होण करके इसने मोटरसाइकिल फाटक दे नाल लगते टोए दे विच सुट दिता तां जो पैदल भज सके, पर ओ नहीं भज सकिया, पर रागीर ने फड़ के पुलिस दे हवाले कर दिता। तलाशी वेले पता लग्या कि मुंडा दिल दा मरीज है। फिर पुलिस ने पीड़िता दे कहण ते कारवाई ना करदे होए चोर नूं तरस दे आधार ते छड्ड दिता। असीं नहां नाके अपने नक दे खलोते सीगे, ਨੱਕ ਦੇ ਖਲੋਤੇ ਨਾ ਅਲੀਵਾਲ ਰੋਡ ਤੋਂ ਫਾਟਕ ਵਾਲੀ ਸਾਈਡ ਤੋਂ ਨਾ ਦੋ ਲੇਡੀਜ਼ ਦੇ ਨਾਲ ਉਹਨਾਂ ਦਾ ਬੱਚਾ ਵੀ ਗਿਆ। ਉਹ ਆ ਰਹੇ ਤੇ ਕਿੰਨਾ ਇੱਥੋਂ ਨਾਲ ਹੀ ਜਗਦਾ ਹੁੰਦਾ ਵਾਪਸ ਮੁੜਨ ਲੱਗਿਆ। ਸਾਨੂੰ ਸ਼ੱਕ ਪਿਆ ਵੀ ਇਹਨਾਂ ਨਾਲ ਕੋਈ ਗੱਲਬਾਤ ਹੋਈ ਆ। ਹੁਣ ਵੇਖ ਕੇ ਤੇ ਆਪਾਂ ਉਹਨਾਂ ਜਨਾਨੀਆਂ ਦੇ ਨਾਲ ਆਪਣਾ ਮੋਟਰਸਾਈਕਲ ਲੈ ਕੇ ਤੇ ਕਿੰਨਾ ਮਗਰੇ ਉਹਨਾਂ ਦੇ ਤੁਰ ਪਏ। ਜਦੋਂ ਫਾਟਕ ਲਾ ਕੇ ਪਹੁੰਚੇ ਤਾਂ ਫਾਟਕ ਬੰਦ ਸੀਗਾ, ਅਤੇ ਉਹ ਜਿਹੜਾ ਕਮੰਡੇ ਨੇ ਉਹ ਜਨਾਨੀਆਂ ਦੀ ਥਾਂ ਵਾਲੀਆਂ ਲਾ ਲਈਆਂ ਸੀ, ਵਾਲੀ ਲਾ ਲਈ ਇੱਕ ਸਾਈਡ ਦੀ ਵਾਲੀ ਲਾ ਲਈ ਸੀ। ਉਹ ਮੁੰਡਾ ਨੇ ਉੱਥੋਂ ਉਹਨੂੰ ਕਾਬੂ ਕਰ ਲਿਆ, ਕਹਿੰਦੇ ਫਾਟਕ ਥੱਲੇ ਲੰਘ ਕੇ ਅਤੇ ਭੱਜਣ ਲੱਗਾ ਸੀ। ਅਤੇ ਉਹ ਭੱਜਣ ਲੱਗੇ ਜਦੋਂ ਮੁੰਡਿਆਂ ਨੇ ਫੜ ਲਿਆ ਉਹਨੂੰ, ਕਹਿੰਦਾ ਮੱਕੀ ਚਪੇੜਾ 'ਚ ਬੜਾ ਮਾਰ ਲਿਆ ਸੀ, ਉਹਨੂੰ ਫੜ ਕੇ ਕਾਬੂ ਕੀਤਾ। ਅਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਕਹਿੰਦਾ ਵੀ ਇਹਦੇ ਅੱਗੇ ਮਰਿਆ ਪਿਆ ਵਾ, ਅਤੇ ਉਹਦੇ ਕੋਲ ਹਾਰਟ ਦੀ ਦਵਾਈ ਸੀਗੀ, ਅਤੇ ਉਹਨਾਂ ਨੇ ਕਹਿੰਦਾ ਤਸਵੀਰ ਸੁਧਾਰ ਕੇ ਉਹਨੂੰ ਛਡਵਾ ਦਿੱਤਾ। ਇਹ ਗੱਲ ਕਰ ਦਿਓ ਕੀ ਤੁਸੀਂ ਛੱਡਣਾ ਸਹੀ ਸਮਝਦੇ ਇੱਕ ਬੰਦਾ ਇਹ ਚੋਰ ਫੜ ਕੇ ਛੱਡਦਾ? ਛੱਡਣਾ ਭਾਈ ਹੁਣ ਕਹਿੰਦਾ ਇਹਨਾਂ ਦੀਆਂ ਲੱਤੀਆਂ ਉਹਨਾਂ ਨੇ ਕਹਿੰਦਾ ਕਹਿਤਾ, ਫਿਰ ਇਹ ਕਹਿੰਦਾ ਕੀ ਕਹਿੰਦੇ ਕੋਲ ਦੱਸਦੇ। ਬਟਾਲਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।